ਆਪਣੀਆਂ ਹੱਕਾਂ ਆਪਣੀਆਂ ਚੀਜ਼ਾਂ ਲਈ ਲੜਦੀ ਨਹੀਂ ਹੈਗੀ, ਮਤਲਬ ਘਰ ਦੇ ਜੋ ਕਹਿੰਦੇ ਹੋ ਹਾਂ ਠੀਕ ਹੈ ਮੰਨ ਲੈਂਦੀ ਹੈ, ਜੇ ਕੋਈ ਉਹਨੂੰ ਤੰਗ ਕਰਦਾ ਹਾਂ ਠੀਕ ਹੈ ਉਹ ਤੋਂ ਡਰ ਲੈਂਦੀ ਹੈ। ਰੀਅਲ 'ਚ ਮੈਂ ਚਿੜੀਆਂ ਦਾ ਚੰਬਾ ਹਾਂ, ਕੋਈ ਲਾਗੇ ਖੜਾ ਕੇ ਤਾਂ ਵਿਖਾਏ। ਅਤੇ ਮੈਨੂੰ ਲੱਗਦਾ ਜੋ ਪੋਜ਼ਿਟਿਵ ਹੁੰਦਾ ਉਹਨੂੰ ਹੱਸ ਕੇ ਐਕਸੈਪਟ ਕਰੋ, ਜੋ ਨੈਗੇਟਿਵ ਹੁੰਦਾ ਨਾ ਉੱਥੋਂ ਲਰਨ ਕਰੋ। ਮੈਨੂੰ ਕਾਲ ਸੈਂਟਰ 'ਤੇ ਮੈਂ ਕੰਮ ਕੀਤਾ, ਮੈਨੂੰ ਦੱਸਣ 'ਚ ਸ਼ਰਮ ਨਹੀਂ ਆਉਂਦੀ, ਬਿਕੋਜ਼ ਉਹ ਮੇਰੀ ਲਾਈਫ ਦੀ ਪਹਿਲੀ ਕਮਾਈ ਸੀਗੀ, 3800 ਰੁਪਏ ਜੋ ਮੈਂ ਕਹਿੰਦੀ ਹਾਂ। ਅਤੇ ਮੇਰੀ ਮੰਮਾ ਨੇ ਉਹੀ ਜਿੱਦਾਂ ਹਮੇਸ਼ਾ ਕਹਿੰਦੀ ਹੈ ਕਿ ਉਹ ਮੇਰੇ ਸਭ ਤੋਂ ਵੱਡੇ ਸਪੋਰਟਰ ਰਹੇ ਨੇ, ਉਹਨਾਂ ਨੇ ਮੈਨੂੰ ਘਰੋਂ ਕੱਢਿਆ ਕਿ ਜਾ ਕੰਮ ਕਰ, ਤੂੰ ਜੋ ਤੇਰਾ ਦਿਲ ਕਰਦਾ ਲਾਈਫ 'ਚ ਕਰ। ਕੋਈ ਆਰਟਿਸਟ ਆਪਣੀ ਮਨਪਸੰਦ ਦਾ ਕੰਮ ਕਰਦਾ ਹੁੰਦਾ ਨਾ, ਉਹ ਚਾਹ ਵੱਖਰਾ ਹੀ ਹੁੰਦਾ। ਸਤਿ ਸ਼੍ਰੀ ਅਕਾਲ ਜੀ, ਪੰਜਾਬੀ ਮੀਡੀਆ ਤੁਸੀਂ ਵੇਖ ਰਹੇ ਹੋ ਅਤੇ ਮੈਂ ਨਿਪੁਣ ਸ਼ਰਮਾ। ਸੋ 22 ਮਾਰਚ ਨੂੰ ਫਿਲਮ ਆ ਰਹੀ ਆ ਸੰਗਰਾਮ। ਸੋ ਅਲੱਗ ਸ਼ੇਡਸ ਨੇ, ਕੈਵੀ ਚਾਲ ਦੇ ਅਲੱਗ ਸ਼ੇਡਸ ਨੇ, ਮੌਸਮ ਦੇ ਹਿਸਾਬ ਦੇ ਨਾਲ ਜਿਹੜਾ ਹੈ ਟਾਈਟਲ ਆ ਸੰਗਰਾਮ। ਅਤੇ ਫਿਲਮ ਦੇ ਵਿੱਚ ਤੁਹਾਨੂੰ ਬਹੁਤ ਹੀ ਜ਼ਿਆਦਾ ਮਜ਼ਾ ਆਏਗਾ, ਕਿਉਂਕਿ ਇਹ ਜਿਹੜੀ ਫਿਲਮ ਹੈ ਐਕਸ਼ਨ ਵੀ ਹੋਏਗਾ ਔਰ ਫੈਮਿਲੀ ਡਰਾਮਾ ਵੀ ਹੈ। ਫਿਲਮ ਦੇ ਵਿੱਚ ਲੀਡ ਅਦਾਕਾਰਾ ਹੈ ਸ਼ਰਨ ਕੌਰ, ਸ਼ਰਨ ਮੇਰੇ ਨਾਲ ਹੈ। ਸ਼ਰਨ, ਪਹਿਲਾਂ ਤਾਂ ਹੈਪੀ ਵੂਮੈਨਸ ਡੇ। ਥੈਂਕ ਯੂ ਐਂਡ ਹੈਪੀ ਵੂਮੈਨਸ ਡੇ ਯੂ ਟੂ। ਹੁਣ ਉਹ ਕਹਿ ਦੇਣਾ ਕਿਉਂ ਫੋਰ ਮਾਈ ਫੈਮਿਲੀ, ਯੈਸ ਫੋਰ ਯਰ ਸਿਸਟਰ, ਫੋਰ ਯਰ ਮਦਰ। ਥੈਂਕ ਯੂ ਸੋ ਮਚ। ਐਂਡ ਜਿੰਨੀਆਂ ਵੀ ਬਾਕੀ ਵੀ ਅਰਾਊਂਡ ਦਾ ਵਰਲਡ ਵੂਮੈਨਸ ਨੇ, ਉਹਨਾਂ ਸਭ ਨੂੰ ਹੈਪੀ ਵੂਮੈਨਸ ਡੇ। ਸੋ ਸੰਗਰਾਂਦ ਦੀ ਗੱਲ ਕਰਦੇ ਹਾਂ, ਫਿਲਮ ਦੀ ਗੱਲ ਕਰਦੇ ਹਾਂ। ਸੋ ਮੇਰੀ ਤੁਹਾਡੇ ਨਾਲ ਤੀਜੀ ਮੁਲਾਕਾਤ ਆ, ਚਿੜੀਆਂ ਦਾ ਚੰਬਾ ਡਰਾਮੇ ਵਾਲੇ ਅਤੇ ਹੁਣ ਆ ਸੰਗਰਾਂਦ। ਸ਼ਰੀਕ ਵੇਲੇ ਮੈਂ ਸ਼ਾਇਦ ਉਦੋਂ ਮੈਂ ਫੀਲਡ 'ਚ ਨਹੀਂ ਸੀ ਇਹਨਾਂ, ਹੈ ਨਾ। ਸੋ ਆਹ ਜਿਹੜੀ ਫਿਲਮ ਹੈ ਇਹਦੇ ਵਿੱਚ ਤਾਂ ਇੱਕ ਤੋਂ ਚੂੜਾ ਵੀ ਪਾਇਆ, ਵਿਆਹ ਵਾਲਾ ਮਾਹੌਲ ਵੀ ਆ, ਹੈ ਨਾ। ਇਹਦੇ ਵਿੱਚ ਕਿਰਦਾਰ ਇਹ ਆ ਕਿ ਜਦੋਂ ਆਪਾਂ ਸੁਣਦੇ ਹਾਂ ਨਾ ਕਿ ਮਰਦ ਦੇ ਵਿੱਚ ਔਰਤ ਦਾ ਹੋਣਾ ਬਹੁਤ ਜ਼ਰੂਰੀ ਹੈ, ਇਹ ਉਹ ਵਾਲਾ ਕਿਰਦਾਰ ਹੈ ਕਿ ਤੁਸੀਂ ਇੱਕ ਸਪੋਰਟ ਹੋ ਇੱਕ ਹੀਰੋ ਦੀ, ਕੈਵੀ ਚਾਲ ਦੀ, ਜੋ ਤੁਹਾਡਾ ਕਿਰਦਾਰ ਆ, ਜੋ ਹਸਬੈਂਡ ਨੇ ਤੁਹਾਡੇ ਫਿਲਮ ਦੇ ਵਿੱਚ, ਇੱਕ ਸਪੋਰਟ ਸਿਸਟਮ ਆ। ਯੈਸ, ਕਿਉਂਕਿ ਕਿਤੇ ਨਾ ਕਿਤੇ ਮੈਂ ਹੁਣ ਸਟੋਰੀ 'ਤੇ ਨਹੀਂ ਰਿਵੀਲ, ਕਿਉਂਕਿ ਜਿੰਨਾ ਇਹਨਾਂ ਨੇ ਮੈਨੂੰ ਇਹਦੇ ਵਿੱਚ ਕੈਰੈਕਟਰ ਦੱਸਿਆ ਉਹਦੇ ਵਿੱਚ ਬਿਲਕੁਲ ਹੀ ਪਤਾ ਹੀ ਨਹੀਂ ਲੱਗਣ ਦਿੱਤਾ ਕਿ ਮੈਂ ਕਿੱਦਾਂ ਦਾ ਕੈਰੈਕਟਰ ਪਲੇ ਕਰ ਰਹੀ ਹਾਂ। ਅਤੇ ਪਹਿਲੀ ਵਾਰੀ ਮੈਂ ਇੱਕ ਸੈਮੀ ਨਹੀਂ ਕਹਿ ਸਕਦੇ, ਬਟ ਆਪਣੀਆਂ ਹੱਕਾਂ ਆਪਣੀਆਂ ਚੀਜ਼ਾਂ ਲਈ ਲੜਦੀ ਨਹੀਂ ਹੈਗੀ, ਮਤਲਬ ਘਰ ਦੇ ਜੋ ਕਹਿੰਦੇ ਹੋ ਹਾਂ ਠੀਕ ਹੈ ਮੰਨ ਲੈਂਦੀ ਹੈ, ਜੇ ਕੋਈ ਉਹਨੂੰ ਤੰਗ ਕਰਦਾ ਹਾਂ ਠੀਕ ਹੈ ਉਹ ਤੋਂ ਡਰ ਲੈਂਦੀ ਹੈ। ਬਟ ਐਂਡ ਆਫ ਦਾ ਟਾਈਮ ਫਿਰ ਜੋ ਰੀਅਲ ਸ਼ਰਨ ਵੀ ਹੈਗੀ ਹੈ ਉਹ ਕਿਤੇ ਨਾ ਕਿਤੇ, ਮੈਂ ਜਦੋਂ ਉਹ ਸੀਨ ਕਰ ਰਹੀ ਸੀ ਤਾਂ ਮੈਂ ਆਪਣੇ ਰਾਈਟਰ ਜੀ ਨੂੰ ਕਿਹਾ, ਜੋ ਰਾਈਟਰ ਡਾਇਰੈਕਟਰ ਨੇ ਸਾਡੇ ਇੰਦਰਪਾਲ, ਮੈਂ ਕਿਹਾ ਆਹ ਤਾਂ ਮੈਂ ਹੈ ਹੀ ਨਹੀਂ ਹੈ, ਮੈਂ ਕਰਨਾ ਹੀ ਨਹੀਂ ਹੈ, ਮਤਲਬ ਮੈਨੂੰ ਨਹੀਂ। ਕਹਿੰਦੇ ਸ਼ਰਨ ਤੂੰ ਨਹੀਂ ਹੈਗੀ, ਇਹ ਤੇਰੇ ਕੈਰੈਕਟਰ ਦੀ ਡਿਮਾਂਡ ਆ, ਉਹ ਕੈਰੈਕਟਰ ਇੱਦਾਂ ਦਾ ਆ ਵੀ ਲਾਈਕ ਕਿ ਜੇ ਮੈਨੂੰ ਕੋਈ ਛੇੜਦਾ ਤਾਂ ਸ਼ਿਵਰ ਕਰਨਾ ਆ, ਉਹ ਡਰਨਾ, ਔਰ ਮੈਂ ਹੈਗੀ ਨਹੀਂ ਹੈ ਇੱਦਾਂ ਦੀ। ਅਤੇ ਫਿਰ ਮੈਂ, ਔਰ ਮੇਰਾ ਪਹਿਲਾ ਹੀ ਸੀਨ ਸੀ ਰੀਅਲ 'ਚ, ਮੈਂ ਚਿੜੀਆਂ ਦਾ ਚੰਬਾ ਆ, ਕੋਈ ਲਾਗੇ ਖੜਾ ਕੇ ਤਾਂ ਵਿਖਾਏ, ਬਿਲਕੁਲ ਠੀਕ। ਸੋ ਯੈਸ, ਅਤੇ ਇਹ ਮੇਰੇ ਲਈ ਇੱਕ ਡਿਫਰੈਂਟ ਸੀਗਾ ਕਿ ਇੱਕ ਇਮੋਸ਼ਨਲ, ਬਟ ਇਹਦੇ ਵਿੱਚ ਵੀ ਐਂਡ ਆਫ ਦਾ ਟਾਈਮ ਆ ਕੇ ਜੋ ਆਪਣੇ ਹੱਕ ਲੈਣੇ ਉਹ ਲਈ ਲੈਂਦੀ ਹਾਂ। ਯੈਸ, ਇਹ ਬਟ ਯੈਸ ਇੱਕ ਹਸਬੈਂਡ ਸਪੋਰਟਿਵ ਹੈਗੀ ਆ, ਉਹਨੂੰ ਮੋਟੀਵੇਟ ਕਰਦੀ ਹੈ ਸਮ ਵੇ, ਵੀ ਜਿੱਥੇ ਉਹਨੂੰ ਲੋੜ ਹੁੰਦੀ ਹੈ ਕਿਤੇ ਨਾ ਕਿਤੇ ਉਹ ਵੀ ਟੁੱਟੀ ਹੁੰਦੀ ਹੈ, ਅਤੇ ਉਹਦੇ ਜ਼ਰੀਏ ਉਹ ਵੀ ਆਪਣੇ ਆਪ ਦੇ ਜੋ ਸਹਾਇਆ ਹੁੰਦਾ ਉਹਨੇ, ਤਾਂ ਉਹ ਵੀ ਉਹਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦੀ ਹੈ ਉਹਨਾਂ ਦੇ ਥਰੂ। ਇਸ ਐਟੀਟਿਊਡ ਦੀ ਤੁਸੀਂ ਗੱਲ ਕੀਤੀ, ਸਟ੍ਰੇਟ ਫੋਰਵਰਡ ਬਲੰਟ ਹੋਣਾ, ਇਹ ਪਹਿਲਾਂ ਤੋਂ ਸੀ ਕਿ ਇੱਕ ਲਾਈਫ ਦੇ ਇੰਸੀਡੈਂਟ ਨੇ ਤੁਹਾਨੂੰ ਐਸਾ ਬਦਲਿਆ? ਆਈ ਥਿੰਕ ਜਦੋਂ ਲਾਈਫ ਦੇ ਐਕਸਪੀਰੀਅੰਸ ਹੁੰਦੇ ਰਹਿੰਦੇ ਆ, ਆਪਾਂ ਜਰਨੀ ਕਰਦੇ ਰਹਿੰਦੇ ਹਾਂ, ਕਈ ਸਾਡੇ ਨਾਲ ਕਈ ਵਾਰੀ ਪੋਜ਼ਿਟਿਵ ਹੁੰਦਾ, ਕਈ ਵਾਰੀ ਕੁਛ ਨੈਗੇਟਿਵ ਹੁੰਦਾ, ਅਤੇ ਮੈਨੂੰ ਲੱਗਦਾ ਜੋ ਪੋਜ਼ਿਟਿਵ ਹੁੰਦਾ ਉਹਨੂੰ ਹੱਸ ਕੇ ਐਕਸੈਪਟ ਕਰੋ, ਜੋ ਨੈਗੇਟਿਵ ਹੁੰਦਾ ਨਾ ਉੱਥੋਂ ਲਰਨ ਕਰੋ, ਤਾਂ ਕਿ ਉਹ ਚੀਜ਼ ਦੁਬਾਰਾ ਤੁਸੀਂ ਉਹ ਮਿਸਟੇਕ ਨਾ ਕਰੋ। ਤਾਂ ਆਈ ਥਿੰਕ ਮੇਰਾ ਸਭ ਤੋਂ ਵੱਡਾ ਲਰਨਿੰਗ ਪ੍ਰੋਸੈਸ ਹੈ ਮੇਰੀ ਮਿਸਟੇਕਸ,
ਤੇ ਇੱਥੋਂ ਹੌਲੀ 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 ਆਈ ਥਿੰਕ ਬਲੰਟ ਹੋਣਾ ਆਈ ਥਿੰਕ ਵਧੀਆ ਗੱਲ ਹੈ ਮੈਨੂੰ ਲੱਗਦਾ ਫੋਰ ਅ ਸੈਕਿੰਡ ਹੁਣ ਤੁਹਾਨੂੰ ਚੰਗੇ ਨਹੀਂ ਲੱਗਾਂਗੇ ਪਰ ਮੈਨੂੰ ਲੱਗਦਾ ਐਂਡ ਆਫ ਦਾ ਟਾਈਮ ਜਦੋਂ ਕਿਤੇ ਇਕੱਲੇ ਬੈਠੇ ਹੋਗਾ ਗੱਲ ਤਾਂ ਸਹੀ ਕਹੀ ਸੀ ਨਾ ਇਹ ਮੈਨੂੰ ਹੁੰਦਾ ਜ਼ਰੂਰ ਕਿ ਮੇਰੇ ਬਾਰੇ ਕੋਈ ਬੁਰਾ ਇਹੀ ਕਹੂਗਾ ਕਿ ਬੜੀ ਭੈੜੀ ਆ ਚਲੋ ਆ ਮੈਨੂੰ ਸੁਣਨਾ ਮਨਜ਼ੂਰ ਆ ਤੁਸੀਂ ਗਲਤੀਆਂ ਦੀ ਗੱਲ ਕੀਤੀ ਹੈ ਤੁਸੀਂ ਕਿਹੜੀ ਗਲਤੀ ਹੈ ਜਿਹੜਾ ਪਛਤਾਵਾ ਹੁੰਦਾ ਹੈ ਸੱਚ ਐਸ ਕੋਈ ਨਹੀਂ ਬਿਕੋਜ਼ ਮੇਰੀ ਲਾਈਫ ਦੀ ਜਰਨੀ ਸੀ ਔਰ ਇਨਸਾਨ ਹੈ ਜੇ ਅਸੀਂ ਮਿਸਟੇਕ ਨਹੀਂ ਕਰਾਂਗੇ ਤਾਂ ਸਿੱਖਾਂਗੇ ਕਿੱਦਾਂ ਸਾਨੂੰ ਪਤਾ ਕਿੱਦਾਂ ਲੱਗੂਗਾ ਔਰ ਮੈਂ ਜੋ ਵੀ ਮੈਨੂੰ ਲੱਗਦਾ ਗਲਤੀਆਂ ਕੀਤੀਆਂ ਉਹ ਲਾਜ਼ਮੀ ਸੀ ਮੇ ਬੀ ਜ਼ਰੂਰੀ ਸੀ ਫੋਰ ਮਾਈ ਫਿਊਚਰ ਔਰ ਮੇਰੀ ਜੋ ਜਰਨੀ ਹੈ ਮੇਰੀ ਜਾਨ ਦੀ ਅਤੇ ਮੈਂ ਸਿੱਖਦੀ ਹਾਂ ਬਟ ਕੋਸ਼ਿਸ਼ ਕਰਦੀ ਕਿ ਉਹਨੂੰ ਕਦੀ ਰਿਪੀਟ ਨਾ ਕਰਾਂ ਬਟ ਜੇ ਰਿਪੀਟ ਹੋ ਵੀ ਜਾਏ ਤਾਂ ਫਿਰ ਅਗਲੀ ਵਾਰੀ ਸਿੱਖ ਲਓ ਸ਼ਰਨ ਦੀ ਸਟੋਰੀ ਬਾਰੇ ਖੁਦ ਪਤਾ ਥੋੜ੍ਹਾ ਜਿਹਾ ਪਤਾ ਮੈਨੂੰ ਤੁਸੀਂ ਦੱਸਿਆ ਵੀ ਸੀ ਕਿ ਗੁਰਦਾਸਪੁਰ ਦੀ ਕੁੜੀ ਕਾਲ ਸੈਂਟਰ 'ਤੇ ਕੰਮ ਕੀਤਾ ਕੁਛ ਟਾਈਮ ਹੈ ਨਾ ਉਸ ਤੋਂ ਬਾਅਦ ਹੌਲੀ ਹੌਲੀ ਆਡੀਸ਼ਨਸ ਦਿੱਤੇ ਫਿਰ ਪੰਜਾਬ 'ਚ ਆਈ ਦੈਨ ਬੋਂਬੇ ਵੀ ਕੀਤੇ ਹੁਣ ਬੋਂਬੇ ਵੀ ਕੰਮ ਕੀਤਾ ਉਹ ਕਾਲ ਸੈਂਟਰ ਵਾਲਾ ਮੂਵਮੈਂਟ ਕਦੀ ਯਾਦ ਆਉਂਦਾ ਉਹ ਸਮਾਂ ਆਉਂਦਾ ਯਾਦ ਮੈਨੂੰ ਕਾਲ ਸੈਂਟਰ 'ਤੇ ਮੈਂ ਕੰਮ ਕੀਤਾ ਮੈਨੂੰ ਦੱਸਣ 'ਚ ਸ਼ਰਮ ਨਹੀਂ ਆਉਂਦੀ ਬਿਕੋਜ਼ ਉਹ ਮੇਰੀ ਲਾਈਫ ਦੀ ਪਹਿਲੀ ਕਮਾਈ ਸੀਗੀ 3800 ਰੁਪਏ ਜੋ ਮੈਂ ਕਹਿੰਦੀ ਹਾਂ ਉੱਥੋਂ ਮੇਰੀ ਲਾਈਫ ਦੀ ਜਰਨੀ ਇੰਡੀਵਿਜੁਅਲ ਲਾਈਫ ਦੀ ਜਰਨੀ ਸ਼ੁਰੂ ਹੋਈ ਸੀ ਜਿੱਥੋਂ ਮੈਂ ਅਰਨ ਕਰਨਾ ਮੈਂ ਘਰੋਂ ਪਹਿਲੀ ਵਾਰੀ ਪੈਰ ਬਾਹਰ ਪਾਇਆ ਸੀਗਾ ਇਕੱਲੇ ਕੰਮ ਕਰਨ ਵਾਲਾ ਮਜਬੂਰੀ ਕੀ ਸੀ ਮਜਬੂਰੀ ਵੀ ਸੀਗੀ ਬਹੁਤ ਸਾਰੇ ਰੀਜ਼ਨਸ ਹੁੰਦੇ ਨੇ ਫੈਮਿਲੀ 'ਚ ਅਤੇ ਵਾਹਿਗੁਰੂ ਕਦੀ ਵੀ ਕਿਸੇ ਨੂੰ ਬਾਕੀ ਸਾਰੀਆਂ ਚੀਜ਼ਾਂ ਮੈਨੇਜ ਹੁੰਦੀਆਂ ਬਟ ਇੱਕ ਪੇਰੈਂਟ ਸਪੋਰਟ ਹੁੰਦਾ ਬਿਕੋਜ਼ ਆਈ ਲੋਸਟ ਮਾਈ ਫਾਦਰ ਅਤੇ ਜਿਹਦੇ ਕਰਕੇ ਚੀਜ਼ਾਂ ਇੱਕਦਮ ਹੀ ਪਲਟ ਗਈਆਂ ਸੋ ਦਿਮਾਗ ਕੰਮ ਕਰਨਾ ਨਹੀਂ ਸੀ ਚਾਹੁੰਦਾ ਅਤੇ ਲਾਈਫ 'ਚ ਸਮਝ ਨਹੀਂ ਸੀ ਆਉਂਦੀ ਅਤੇ ਮੇਰੀ ਮੰਮਾ ਨੇ ਉਹੀ ਜਿੱਦਾਂ ਹਮੇਸ਼ਾ ਕਹਿੰਦੀ ਹੈ ਕਿ ਉਹ ਮੇਰੇ ਸਭ ਤੋਂ ਵੱਡੇ ਸਪੋਰਟਰ ਰਹੇ ਨੇ ਉਹਨਾਂ ਨੇ ਮੈਨੂੰ ਘਰੋਂ ਕੱਢਿਆ ਕਿ ਜਾ ਕੰਮ ਕਰ ਤੂੰ ਜੋ ਤੇਰਾ ਦਿਲ ਕਰਦਾ ਲਾਈਫ 'ਚ ਕਰ ਤੋ ਬਸ ਉੱਥੋਂ ਕਰਦੇ ਆ ਜਿੱਥੇ ਪਹੁੰਚੇ ਆ ਇੱਥੋਂ ਅਜੇ ਅੱਗੇ ਵੀ ਪਹੁੰਚੂਗੇ ਬਿਲਕੁਲ ਅੱਗੇ ਜਾਊਂਗੇ ਸਮਾਂ ਹੀ ਬੰਦੇ ਨੂੰ ਬਦਲ ਲੈਂਦਾ ਔਰ ਅੱਜ ਤੁਸੀਂ ਇੱਕ ਅੱਛੇ ਐਕਟਰਸ ਹੋ ਚੰਗੀਆਂ ਭਲੇ ਫਿਲਮਾਂ ਕਰ ਰਹੇ ਹੋ ਹੁਣ ਕਮਿੰਗ ਬੈਕ ਟੂ ਸੰਗਰਾਂਦ ਜੀ ਸੋਚਿਆ ਵੀ ਸੁਣਿਆ ਆ ਕਿ 40 ਡਿਗਰੀ ਦਾ ਉਹ ਹੁੰਦਾ ਸੀ ਵੈਦਰ ਉਹਦੇ ਵਿੱਚ ਸਰਦੀਆਂ ਦੇ ਕੱਪੜੇ ਜਦੋਂ ਪਾਣੇ ਪੈਣੇ ਔਖਾ ਤਾਂ ਹੁੰਦਾ ਆਰਟਿਸਟ ਲਈ ਪਰ ਮੈਨੂੰ ਲੱਗਦਾ ਜਦੋਂ ਕੋਈ ਆਰਟਿਸਟ ਆਪਣੀ ਮਨਪਸੰਦ ਦਾ ਕੰਮ ਕਰਦਾ ਹੁੰਦਾ ਨਾ ਉਹ ਚਾਅ ਵੱਖਰਾ ਹੀ ਹੁੰਦਾ ਮੈਨੂੰ ਤਾਂ ਵਧੀਆ ਲੱਗਦਾ ਜਦੋਂ ਸਮੂਥ ਚੱਲਦੀਆਂ ਰਹਿਣ ਚੀਜ਼ਾਂ ਮੈਂ ਖੁਦ ਮੰਮੀ ਨੂੰ ਕਈ ਵਾਰੀ ਮੰਮੀ ਅੱਜ ਕੋਈ ਕਲੇਸ਼ ਹੈ ਨਹੀਂ ਆ ਮੈਨੂੰ ਤਾਂ ਮੰਮੀ ਕਹਿੰਦੇ ਕੀ ਗੱਲ ਤੈਨੂੰ ਚਾਹੀਦਾ ਕੋਈ ਕਲੇਸ਼ ਮੈਂ ਲਾਈਫ ਸਮੂਥ ਚੱਲਣੀ ਨਹੀਂ ਚਾਹੀਦੀ ਅਪਸ ਐਂਡ ਡਾਊਨ ਹੁੰਦੇ ਰਹਿਣ ਅਤੇ ਸਵਾਦ ਰਹਿੰਦਾ ਹੈ ਤੜਕਾ ਰਹਿੰਦਾ ਮੈਨੂੰ ਉੱਦਾਂ ਦੀ ਲਾਈਫ ਜੀਣਾ ਪਸੰਦ ਹੈ ਸੋ ਜੇ ਸ਼ੂਟ ਵਿੱਚ ਜਦੋਂ ਲੱਗਦੀ ਵੀ ਸੀ ਵੀ ਧੁੱਪ ਕਹਿੰਦੇ ਸੀ ਵੀ ਬਹੁਤ ਫਿਰ ਨਾਲ ਹੀ ਬਦਲ ਵੀ ਜਾਂਦੀ ਸੀ ਕਿ ਨਹੀਂ ਵੀ ਆਰ ਬਲੈਸਡ ਕਿ ਵੀ ਆਰ ਵਰਕਿੰਗ ਅਤੇ ਇਹ ਵਧੀਆ ਗੱਲ ਹੈ ਮੈਂ ਆਊਟਫਿਟ ਦੀ ਗੱਲ ਕੀਤੀ ਪਰ ਇਹ ਹੁੰਦਾ ਨਾ ਜ਼ਿਆਦਾਤਰ ਐਕਟ੍ਰੈਸਿਸ ਨਾਲ ਹੁੰਦਾ ਹੈ ਕਿ ਫ੍ਰੀਜ਼ੀ ਵੈਦਰ 'ਤੇ ਜਿੱਥੇ ਬਹੁਤ ਜ਼ਿਆਦਾ ਬਰਫ਼ ਹੁੰਦੀ ਠੰਡ ਹੁੰਦੀ ਉੱਥੇ ਸ਼ੋਰਟ ਕੱਪੜੇ ਪਾ ਦਿੰਦੇ ਇੱਥੇ ਤੁਹਾਡਾ ਉਲਟਾ ਹੋਇਆ ਉਹ ਇਹ ਸੋਚਦੇ ਨੇ ਕਿ ਫੀਮੇਲਸ ਕਿੰਨੀਆਂ ਪਾਵਰਫੁੱਲ ਨੇ ਕਿੰਨੀਆਂ ਸਟਰੋਂਗ ਨੇ ਉਹ ਕਿੰਨਾ ਕੁਛ ਸਹਿਣ ਕਰ ਸਕਦੀਆਂ ਨੇ ਇਸੇ ਕਰਕੇ ਉਹ ਕੁੜੀਆਂ ਨੂੰ ਸਾਰਾ ਇਹ ਜਿੰਮਾ ਕੁੜੀਆਂ 'ਤੇ ਸੱਟ ਦਿੰਦੇ ਨੇ ਕਿ ਕਰ ਲੈਣੀ ਆ ਪਰ ਉਹ ਕਰਦੀਆਂ ਬੜੇ ਚਾਅ ਨਾਲ ਉਹਨਾਂ ਨੂੰ ਪਤਾ ਹੁੰਦਾ ਆਪਾਂ ਸੋਹਣੇ ਦਿਖਣਾ ਆ ਲੁੱਕ ਵਧੀਆ ਆਊਗੀ ਸਭ ਕੁਛ ਵਧੀਆ ਹੁੰਦਾ ਸਭ ਭੁੱਲ ਜਾਂਦੀਆਂ ਨੇ ਫਿਰ ਜਦੋਂ ਕੈਮਰਾ ਆਉਂਦਾ ਉਹ ਠੰਡ ਨਹੀਂ ਲੱਗਦੀ ਯਾ ਨਹੀਂ ਹੁਣ ਮੈਂ ਨਾ ਰੀਅਲ ਇੱਕ ਕੈਨੇਡਾ ਮੂਵੀ ਕਰਕੇ ਆਈ ਉਹ 'ਚ ਮੈਂ ਆਮ ਪਲੇਇੰਗ ਮੁੰਬਈ ਕੋਪ ਪੁਲਿਸ ਦਾ ਅਤੇ ਮੈਨੂੰ ਉੱਥੋਂ ਕਰਦੀ ਮੈਨੂੰ ਕਿਉਂਕਿ ਮੈਂ ਹੁਣ ਜਲਦੀ ਮੈਨੂੰ ਕਿਊਰੀਓਸਿਟੀ ਹੋ ਰਹੀ ਮੈਂ ਪੰਜਾਬ ਪੁਲਿਸ ਜਾਂ ਆਪਣਾ ਕੋਈ ਇੱਦਾਂ ਦਾ ਕੈਰੈਕਟਰ ਸੂਨ ਕਰਾਂਗੇ ਕਿ ਜੋ ਆਪਣੀ ਆਡੀਅੰਸ ਲਈ ਕੁਛ ਡਿਫਰੈਂਟ ਕਰਕੇ ਦਿਖਾਉਂਗੇ ਯੈਸ ਫੀਮੇਲ ਐਕਸ਼ਨ ਆਊਗਾ ਫਿਰ ਸੋ ਪੰਜਾਬ ਨੂੰ ਰਿਪ੍ਰੈਜ਼ੈਂਟ ਕਰ ਰਹੇ ਹੋ ਕੰਨੜ ਫਿਲਮ ਦੇ ਵਿੱਚ ਜੋ ਅਲੱਗ ਮੈਂ ਮਤਲਬ ਉੱਥੇ ਪੁਲਿਸ ਵਾਲਾ ਜਿੱਦਾਂ ਯੂਨੀਫਾਰਮ ਪਾਈ ਸੀ ਤਾਂ ਮੈਨੂੰ ਫੀਲ ਸੀ ਕਿ ਮੈਂ ਆਪਣੀ ਪੰਜਾਬ ਪੁਲਿਸ ਵਾਲਾ ਇੱਦਾਂ ਦਾ ਕੋਈ ਪੰਜਾਬ 'ਚ ਕੈਰੈਕਟਰ ਕਰ ਰਿਹਾ ਐਜ਼ ਅ ਕੋਪ ਕੁਛ ਡਿਫਰੈਂਟ ਲੁੱਕ ਆਊਗੀ ਕੁਛ ਡਿਫਰੈਂਟ ਕਰੂੰਗੀ ਯੈਸ ਸੋ ਕੰਨੜ ਫਿਲਮ ਲਈ ਵੀ ਸੋ ਸਾਨੂੰ ਇੰਤਜ਼ਾਰ ਰਹੇਗਾ ਤੁਹਾਡੇ ਉਸ ਡਿਜ਼ਾਇਰ ਲਈ ਜਿਹੜਾ ਤੁਸੀਂ ਪੰਜਾਬ ਪੁਲਿਸ ਨੂੰ ਰੀਪ੍ਰੈਜ਼ੈਂਟ ਕਰਨਾ ਚਾਹੁੰਦੇ ਹੋ ਫਿਲਮ ਦੇ ਵਿੱਚ ਹੈ ਨਾ
ਤੇ ਕੰਨੜ ਫਿਲਮ ਜਿਹੜੀ ਕਰ ਰਹੇ ਹੋ ਉਹਦੇ ਲਈ ਵੀ ਆਲ ਦਾ ਬੈਸਟ, ਪਰ ਉਸ ਤੋਂ ਪਹਿਲਾਂ ਸੰਗਰਾਂਦ ਲਈ 22 ਮਾਰਚ ਨੂੰ ਆ ਰਹੀ ਹੈ। ਸੋ ਆਡੀਅੰਸ ਨੂੰ ਇਹੀ ਰਿਕੁਐਸਟ ਹੈ, ਫਿਲਮ ਜ਼ਰੂਰ ਦੇਖਣਾ 22 ਮਾਰਚ ਨੂੰ ਨੇੜਲੇ ਸਿਨੇਮਾ ਘਰਾਂ ਦੇ ਵਿੱਚ, ਦੇਖਦੇ ਰਹੋ ਪੰਜਾਬੀ ਮੀਨੀਆਂ। ਅਤੇ ਪੰਜਾਬੀ ਸਿਨੇਮਾ ਦੀਆਂ ਹੋਰ ਤਾਜ਼ਾ ਅਪਡੇਟਸ ਦੇ ਲਈ ਜੁੜੇ ਰਹੋ ਸਾਡੀ ਵੈਬਸਾਈਟ www.punjabimania.com, ਨਾਲੇ ਨਵੀਆਂ ਵੀਡੀਓਜ਼ ਦੇਖਣ ਦੇ ਲਈ ਹਿੱਟ ਕਰੋ ਸਬਸਕ੍ਰਾਈਬ ਬਟਨ। ਰੱਬ ਰਾਖਾ।